ਭਾਜੀ ਅਸੀਂ ਨਾ ਇਹਨੂੰ ਚਾਰ ਪੰਜ ਵਾਰੀ ਪਹਿਲਾਂ ਵੀ ਫੜ ਚੁੱਕੇ ਹਾਂ ਅਤੇ ਸਾਡੇ ਉਹਨਾਂ ਬੱਚਿਆਂ ਦੀਆਂ ਕਿਸਮਾਂ ਖਾ ਕੇ ਕਹਿੰਦਾ ਮੈਂ ਅੱਜ ਤੋਂ ਬਾਅਦ ਨਹੀਂ ਫੜਾਂਗੇ ਕੁਛ ਕਰਾਂਗਾ। ਪੂਰੇ ਜੋ ਕਰਨਾ ਆਪਣੇ ਘਰ ਗਲਤ ਗੱਲ ਹੈ ਯਾਰੇ ਦੇਖੋ। ਹਾਂ ਸਰ, ਜਿਹੜਾ ਆਂਗਨਵਾੜੀ ਵਾਲੇ ਧਰਨਾ ਲਗਾਇਆ ਸੀ ਲੜਾਈ ਕੁੜੀ ਦੇ ਮਾਮਲੇ, ਉਸਦੇ ਬਾਰੇ ਦੱਸ ਦਿਓ। ਇਹਦੇ ਰਿਲੇਟਡ ਜੀ ਇੱਕ ਐਫ ਆਈ ਆਰ ਰਜਿਸਟਰ ਹੋਈ ਹੈ 284 ਕੋਤਵਾਲੀ ਥਾਣੇ 'ਚ। ਇਹ ਕਰਵਾ ਚੌਥ ਵਾਲੇ ਦਿਨ ਦਾ ਇੰਸੀਡੈਂਟ ਹੈਗਾ। ਉਦੋਂ ਕੰਪਲੇਨੈਂਟ ਨੇ ਅਲੈਜ ਕੀਤਾ ਸੀਗਾ ਲੜਕੀ ਨੇ ਕਿ ਉਹ ਮੀਟਿੰਗ ਦੇ ਸਿਲਸਿਲੇ ਵਿੱਚ ਮਨਦੀਪ ਨਾਂ ਦੇ ਲੜਕੇ ਦੇ ਨਾਲ ਗਈ ਸੀਗੀ ਉੱਤਮ ਹੋਟਲ ਦੇ ਨੇੜੇ। ਉੱਥੇ ਪਾਰਕਿੰਗ ਦੇ ਵਿੱਚ ਕੁੜੀ ਜੋ ਮਨਦੀਪ ਦੀ ਵਾਈਫ ਐਂਡ ਉਹਦੀ ਫੈਮਿਲੀ ਨੇ ਉੱਥੇ ਆ ਕੇ ਮਾਰ ਕੁਟਾਈ ਕੀਤੀ ਹੈ। ਤਾਂ ਉਹਦੇ ਬੇਸ 'ਤੇ ਅਸੀਂ ਇੱਕ ਐਫ ਆਈ ਆਰ ਦਰਜ ਕਰਤੀ ਸੀ 343 ਨੰਜਾ ਸੈਕਸ਼ਨ ਲਗਾ ਕੇ ਚਾਰ ਬੰਦੇ ਅਸੀਂ ਇਹ 'ਚ ਅਰੈਸਟ ਕਰ ਲਏ ਸੀਗੇ। ਐਂਡ ਆਫਟਰ 2-3 ਡੇਜ਼ ਇਹਨਾਂ ਨੇ ਆਪਣੀ ਇੱਕ ਨਵੀਂ ਸਟੇਟਮੈਂਟ ਦਿੱਤੀ ਸੀ ਲੜਕੀ ਵੱਲੋਂ, ਇੱਕ ਨਵੀਂ ਸਟੇਟਮੈਂਟ ਦਿੱਤੀ ਸੀ ਕੰਪਲੇਨੈਂਟ ਵੱਲੋਂ ਕਿ ਉਹਨਾਂ ਦੇ ਕੱਪੜੇ ਵੀ ਪਾੜੇ ਗਏ ਸੀ ਐਂਡ ਛੇੜਛਾੜ ਹੋਈ ਸੀ। ਉਸ ਬਿਹਾਫ 'ਤੇ ਅਸੀਂ ਜੀ 354 ਅਤੇ 354 ਵੀ ਦਾ ਵਾਧਾ ਜੁਰਮ ਕਰ ਲਿਆ ਸੀਗਾ। ਬਟ ਦੂਸਰੀ ਪਾਰਟੀ ਵੱਲੋਂ ਉਹਨਾਂ ਨੇ ਆਪਣਾ ਆਰਗਿਊ ਕੀਤਾ ਸੀ ਕਿ ਜਿਹੜੀ ਮਾਰ ਕੁਟਾਈ ਹੋਈ ਹੈ ਦੋਨੋਂ ਕੁੜੀਆਂ ਦੇ ਵਿਚਾਲੇ ਹੋਈ ਹੈ, ਕੰਪਲੇਨੈਂਟ ਅਤੇ ਜੋ ਮਨਦੀਪ ਦੀ ਵਾਈਫ ਹੈ ਉਹ ਆਪਸ 'ਚ ਲੜੇ ਨੇ, ਵੀ ਕੋਰਟ ਕਿਸੇ ਦਾ ਰੋਲ ਨਹੀਂ ਹੈਗਾ। ਅਤੇ ਉਹਦੇ ਰਿਗਾਰਡਿੰਗ ਉਹਨਾਂ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਹੈਗੀ ਆ ਜਿਹਦੀ ਅਸੀਂ ਥੋਰੋਲੀ ਉਹਨੂੰ ਇਨਵੈਸਟੀਗੇਟ ਕਰ ਰਹੇ ਹੈਗੇ। ਅਤੇ ਮੌਕੇ ਤੋਂ ਜੋ ਮੀਟਿੰਗ ਦੇ ਰਿਗਾਰਡਿੰਗ ਜਿਹੜਾ ਸੀਗਾ ਉਹ ਹਾਲੇ ਤੱਕ ਸਾਨੂੰ ਕੋਈ ਪਰੂਫ ਉੱਥੋਂ ਮਿਲਿਆ ਨਹੀਂ ਹੈਗਾ। ਬਾਕੀ ਅਸੀਂ ਥੋਰੋਲੀ ਇਨਵੈਸਟੀਗੇਟ ਕਰਕੇ ਜਿਵੇਂ ਵੀ ਔਨ ਮੈਰਿਟ ਅੱਗੇ ਆਏਗੇ ਤੱਥ ਆਉਣਗੇ ਉਹਦੇ ਅਕੋਰਡਿੰਗਲੀ ਕਾਰਵਾਈ ਕਰਾਂਗੇ। ਸੀਸੀਟੀਵੀ ਕੋਈ ਫੁਟੇਜ ਫੁਟੇਜ ਵੀ ਜਾਰੀ ਹੋਈ ਹੈ? ਸੀਸੀਟੀਵੀ ਫੁਟੇਜ ਤਾਂ ਨਹੀਂ, ਪਰ ਉਹਨਾਂ ਨੇ ਜੋ ਦੂਸਰੀ ਅਕਿਊਜ਼ ਪਾਰਟੀ ਹੈ ਜਿਨ੍ਹਾਂ 'ਤੇ ਪਰਚਾ ਦਰਜ ਹੋਇਆ ਹੈਗਾ ਉਹਨਾਂ ਨੇ ਕੁਛ ਵੀਡੀਓ ਸਾਨੂੰ ਪੇਸ਼ ਕੀਤੀਆਂ ਜਿਹਦੇ 'ਚ ਦੋਨੋਂ ਲੜਕੀਆਂ ਆਪਸ 'ਚ ਲੜਦੀਆਂ ਦਿਖਾਈ ਦੇ ਰਹੀਆਂ ਹੈਗੀਆਂ। ਅਤੇ ਫਰਦਰ ਅਸੀਂ ਉਹਨੂੰ ਕੋਰੈਬਰੇਟ ਕਰ ਰਹੇ ਹਾਂ ਜਿਹੜੇ ਮੌਕੇ ਦੇ ਗਵਾਹ ਹੈਗੇ ਉਹਨਾਂ ਨਾਲ ਬਿਆਨ ਵਗੈਰਾ ਲਿਖ ਕੇ, ਅਤੇ ਜਿਵੇਂ ਵੀ ਹਾਲਾਤ ਹੋਣਗੇ ਉਹਦੇ ਅਕੋਰਡਿੰਗਲੀ ਕਰਾਂਗੇ। ਦੂਜੀ ਪਾਰਟੀ ਨੇ ਪੁਸ਼ਟੀ ਕੀਤੀ ਹੈ ਭਾਅ ਜੀ ਵੀਡੀਓ ਦੇ? ਬਿਲਕੁਲ ਜੀ, ਉਹਨਾਂ ਨੇ ਵੀਡੀਓ ਆਪਦੀ ਕੰਪਲੇਂਟ ਦੇ ਨਾਲ ਸਾਨੂੰ ਪੇਸ਼ ਕੀਤੀਆਂ ਹੈਗੀਆਂ। ਦੋ ਤਿੰਨ ਵੀਡੀਓਜ਼ ਜੋ ਮੌਕੇ 'ਤੇ ਬਣੀਆਂ ਹੈਗੀਆਂ ਉਹ ਪੇਸ਼ ਕੀਤੀਆਂ ਸੀ। ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ? ਅਸੀਂ ਅੱਗੇ ਥੋਰੋਲੀ ਇਹਨੂੰ ਇਨਵੈਸਟੀਗੇਟ ਕਰਾਂਗੇ, ਜੋ ਵੀਡੀਓਜ਼ ਉਹਨਾਂ ਨੂੰ ਪ੍ਰੋਪਰਲੀ ਵਾਚਾਂਗੇ, ਮੌਕੇ 'ਤੇ ਜਿਹੜੇ ਗਵਾਹ ਸੀਗੇ ਉਹਨਾਂ ਨੂੰ ਦੇਖਾਂਗੇ, ਅਤੇ ਬਾਕੀ ਹੋਰ ਵੀ ਜਿਹੜੇ ਐਵੀਡੈਂਸ ਜਿਹੜਾ ਮੌਕੇ ਤੋਂ ਮਿਲੇਗਾ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ। ਬਲਦੇਵ ਸਿੰਘ ਜੀ, ਇਸ ਮਾਮਲੇ ਬਾਰੇ ਕੀ ਜਾਣਕਾਰੀ ਦੇ ਰਹੇ ਤੁਸੀਂ ਮੀਡੀਆ ਨੂੰ? ਭਾਅ ਜੀ, ਅਸੀਂ ਨਾ ਇਹਨੂੰ 4-5 ਵਾਰੀ ਪਹਿਲਾਂ ਵੀ ਫੜ ਚੁੱਕੇ ਹਾਂ ਅਤੇ ਸਾਡੇ ਉਹਨਾਂ ਬੱਚਿਆਂ ਦੀਆਂ ਕਿਸਮਾਂ ਖਾ ਕੇ ਕਹਿੰਦਾ ਮੈਂ ਅੱਜ ਤੋਂ ਬਾਅਦ ਨਹੀਂ ਫੜਾਂ ਇਹ ਕੁਛ ਕਰਾਂਗਾ, ਮੈਨੂੰ ਆਪਣੇ ਬੱਚਿਆਂ ਦੀ ਕਰ। ਅਤੇ ਅਸੀਂ ਕਹਿੰਦੇ ਵੀ ਸਾਡੇ ਘਰ ਵੀ ਸਿਆਣੇ ਹੈਗੇ, ਸਾਡੇ ਘਰ ਦਾ ਪੜਦਾ ਗੱਜਿਆ ਦੇ ਵੀ ਘਰ 'ਚ ਬੇਸੀ ਨੌਵੇਜ ਕਰਕੇ ਚੁੱਕਾ ਸਕੇ ਥੈਂਦੇ ਰਹੇ ਨੇ। ਕਿਹਨੂੰ ਫੜ ਚੁੱਕੇ? ਮਨਦੀਪ ਸਿੰਘ ਨੂੰ। ਮੇਰੇ ਭਰਾ ਦਾ ਜਵਾਈ ਹੋ ਰਿਹਾ, ਮੈਂ ਬ੍ਰਦਰ ਹਾਂ। ਕਿਸ ਦੇ ਨਾਲ ਫੜ ਚੁੱਕੇ ਹੋ? ਕੁੜੀਆਂ ਨਾਲ। ਜਿਨ੍ਹਾਂ ਨੇ ਤੁਹਾਡੇ ਇਲਜ਼ਾਮ ਲਗਾਇਆ ਉਹਨਾਂ ਨੇ? ਕੁੜੀਆਂ ਲੜਦੀਆਂ, ਅਸੀਂ ਉਹਨਾਂ ਨੂੰ ਫੜ ਕੇ ਸੱਦਰ 'ਚ ਲੈ ਕੇ ਗਏ ਸੀ। ਸੱਦਰ ਤੋਂ ਇਹਨਾਂ ਨੂੰ ਕੋਤਵਾਲੀ ਲੈ ਕੇ ਗਏ ਪੁਲਿਸ ਵਾਲੇ ਗੱਡੀ 'ਚ, ਅਤੇ ਇਹਨਾਂ ਨੇ ਰਸਤੇ 'ਚ ਪਤਾ ਨਹੀਂ ਕੀ ਪੁਲਿਸ ਵਾਲਿਆਂ ਨੇ ਦਿੱਤਾ, ਕੀ ਕੀਤਾ ਪੁਲਿਸ ਨੇ ਸਾਡੀ ਇੱਕ ਨਹੀਂ ਸੁਣੀ। ਮੇਰੇ ਵਰਗੇ ਬੰਦੇ ਨੂੰ 4 ਘੰਟੇ ਉੱਥੇ ਥਾਣੇ ਬਿਠਾਈ ਰੱਖਿਆ ਬਿਨਾਂ ਗੱਲ ਤੋਂ। ਕਿਹੜੇ ਥਾਣੇ ਦੇ? ਕੋਤਵਾਲੀ। ਅਸੀਂ ਚਾਰ ਬੰਦੇ ਕੋਤਵਾਲੀ 4 ਘੰਟੇ ਬੈਠੇ ਰਹੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ। ਅਤੇ ਉਲਟਾ ਉਹਨਾਂ ਦਾ ਇਲਜ਼ਾਮ ਇਹ ਹੈ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਤੁਹਾਡੇ ਨਾਲ ਜਿਹੜਾ ਪ੍ਰਸ਼ਾਸਨ ਹੈ ਜਾਂ ਤੁਹਾਡੇ ਨਾਲ ਅੱਛੇ ਜਿਹੜੇ ਲੋਕ ਨੇ ਉਹਨਾਂ ਦੇ ਤਾਲੁਕਾਤ ਨੇ? ਅਸੀਂ ਕੋਈ ਕੁਝ ਨਹੀਂ ਕੀਤਾ, ਅਸੀਂ ਹੁਣ ਅਸੀਂ ਤਾਂ ਪਹਿਲੀ ਵਾਰ ਤੁਹਾਨੂੰ ਬੁਲਾ ਕੇ ਕਹਿ ਰਹੇ ਸੀ, ਕੋਈ ਮੀਡੀਆ ਨੂੰ ਕਿਸੇ ਨੂੰ ਕੁਛ ਨਹੀਂ ਬੁਲਾਇਆ ਅਤੇ ਨਾ ਹੀ ਕਿਸੇ ਨੂੰ ਕੁਛ ਕਿਹਾ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ, ਪ੍ਰਸ਼ਾਸਨ ਸਾਡਾ ਸਾਥ ਦੇਵੇ। ਜਿਹੜਾ ਮਾਮਲਾ ਦਰਜ ਹੋਇਆ ਜੀ ਉਹ ਤੁਹਾਡੇ ਬੰਦਿਆਂ ਦੇ ਜੀ ਖਿਲਾਫ ਦਰਜ ਹੋਇਆ? ਹਾਂਜੀ ਹਾਂਜੀ, ਬਿਲਕੁਲ ਝੂਠਾ ਮਾਮਲਾ ਹੈ। ਜਿਸ ਟਾਈਮ ਨੂੰ ਕੋਤਵਾਲੀ ਲੈ ਕੇ ਗਏ ਕੁੜੀ ਨੂੰ, ਨਾ ਉਹਦੇ ਕੱਪੜੇ ਫਾੜੇ ਪਏ ਸੀ, ਨਾ ਕੋਈ ਡਾਡਾ ਵਜੀਆਂ ਪਏ, ਨਾ ਕੋਈ ਨਿਸ਼ਾਨ ਨਹੀਂ ਸੀ। ਅਤੇ ਇਹਦਾ ਤੁਸੀਂ ਸਬੂਤ ਕੋਤਵਾਲੀ ਥਾਣੇ 'ਚ ਕਢਵਾ ਸਕਦੇ ਹੋ, ਕੈਮਰੇ ਸਾਰਾ ਕੁਛ ਹੈਗਾ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮਨਮੀਤ ਕੌਰ।
ਬਲੌਕ ਵਿੱਚ ਪਾਇਆ ਹੋਇਆ ਸੀ ਮੇਰਾ ਫੋਨ। ਉਸ ਤੋਂ ਬਾਅਦ ਮੈਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੂੰ ਕਿੱਥੇ ਹੈ। ਮੈਂ ਕਿਹਾ ਮੈਂ ਆਪਣੇ ਬੱਚਿਆਂ ਨਾਲ ਹਾਂ। ਕਹਿੰਦੇ ਤੇਰਾ ਘਰ ਵਾਲਾ ਕਿੱਥੇ ਹੈ? ਮੈਂ ਕਿਹਾ ਮੈਨੂੰ ਨਹੀਂ ਪਤਾ। ਕਹਿੰਦੇ ਉਹ ਕਿਸੇ ਕੁੜੀ ਨਾਲ ਹੋਟਲ 'ਚ ਗੁਲਛੇਰੇ ਮਨਾ ਰਿਹਾ। ਅਤੇ ਉਦੋਂ ਉਸੇ ਟਾਈਮ ਮੈਂ ਆਪਣੇ ਬੱਚੇ ਦੇ ਨਾਲ ਸਕੂਟੀ 'ਤੇ ਉੱਥੇ ਗਈ ਅਤੇ ਰੋਲਾ ਪਾਇਆ ਅਤੇ ਮੈਨੂੰ ਉਹ ਦੋਨੋਂ ਬਾਹਰ ਆ ਗਏ। ਜਦੋਂ ਬਾਹਰ ਆਏ ਤਾਂ ਮੈਨੇ ਕਿਹਾ ਤੂੰ ਹੱਟਦੀ ਨਹੀਂ ਮੇਰੇ ਘਰ, ਕਿਉਂ ਬਰਬਾਦ ਕਰਦੀ ਵੀ ਹੈ? ਕਹਿੰਦੀ ਅੱਗੇ ਉਹਦੀ ਮੇਰੇ ਘਰ ਵਾਲੇ ਨੇ ਮੇਰੇ 'ਤੇ ਹੱਥ ਚੱਕਿਆ, ਹੱਥ ਪਾਈ ਹੋਣੀ ਸ਼ੁਰੂ ਹੋਈ। ਮੈਨੇ ਉਸ ਕੁੜੀ ਨਾਲ ਹੱਥ ਪਾਈ ਕਰੀ। ਇਹਨਾਂ ਨੂੰ ਮੈਂ ਆਪਣੇ ਘਰਦਿਆਂ ਨੂੰ ਫੋਨ ਕਰਕੇ ਬੁਲਾ ਲਿਆ, ਮੇਰੇ ਭਰਾ ਸਾਰੇ। ਉਸ ਤੋਂ ਬਾਅਦ ਅਸੀਂ ਪੁਲਿਸ ਵਾਲਿਆਂ ਨੂੰ ਅਸੀਂ ਫੋਨ ਕੀਤਾ, ਜਦ ਕਿ ਪੁਲਿਸ ਵਾਲਿਆਂ ਨੇ ਸਾਡਾ ਕੁਛ ਨਹੀਂ ਸੁਣਿਆ। ਅਸੀਂ ਲੈ ਕੇ ਗਏ ਬੰਦਿਆਂ ਨੂੰ। ਮਨਦੀਪ ਸਿੰਘ ਪਵਨਦੀਪ ਕੌਰ ਮਾਹੀ ਉਹਨਾਂ ਵੱਲੋਂ ਇਲਜ਼ਾਮ ਤੁਹਾਡੇ ਜੀ ਲਗਾਇਆ ਗਿਆ ਉਲਟਾ ਕਿ ਮਾਰਕੁੱਟ ਕੀਤੀ ਗਈ ਹੈ ਤੇ ਕੁਛ ਬਾਹਰੋਂ ਪੈਸੇ ਦੇ ਕੇ ਗੁੰਡੇ ਬੁਲਾਏ ਗਏ। ਕੋਈ ਨਹੀਂ, ਮੇਰੇ ਭਰਾ ਤੇ ਮੇਰੇ ਪਾਪਾ ਸੀ, ਸਭ ਝੂਠ ਸੀਗਾ। ਕੋਈ ਮੇਰੇ ਐਸੇ ਕੋਈ ਮੁੰਡੇ ਨਹੀਂ ਆਏ ਗਏ। ਮੇਰੇ ਭਰਾ ਤੇ ਮੇਰੇ ਭਰਾ ਕੋਈ ਮੁੰਡੇ ਮੇਰੇ ਭਰਾ ਆਏ ਨੇ। ਇੰਨਾ ਕੁਛ ਕਰਤਾ ਉਹਨੇ, ਜਦ ਕਿ ਮੈਂ ਤਾਂ ਵਿਆਹੀ ਹੋਈ ਹਾਂ। ਮੇਰੇ ਨਾਲ ਇਨਸਾਫ ਵੀ ਚਾਹੀਦਾ ਮੈਨੂੰ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਮੇਰੇ ਘਰ ਵਾਲੇ ਮੈਨੂੰ ਆਪ ਵੀ ਚਾਹੀਦਾ। ਉਹ ਗੰਦੀਆਂ ਜਨਾਨੀਆਂ ਵਿੱਚੋਂ ਫਸਿਆ ਹੋਇਆ ਪੂਰੀ ਤਰ੍ਹਾਂ। ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਉਹਨਾਂ ਬੰਦਿਆਂ ਦੇ ਖਿਲਾਫ ਜਿਹੜੇ ਤੁਹਾਡੇ ਭਰਾ ਸੀਗੇ ਜਾਂ ਨਾਲ ਕੋਈ ਰੋਲ ਸੀਗਾ, ਉਸ ਬਾਰੇ ਫਿਰ ਤੁਸੀਂ ਅੱਗੇ ਕੋਈ ਗੱਲ ਕੀਤੀ ਕਿਸੇ ਨਾਲ? ਅਸੀਂ ਸਾਰਿਆਂ ਨਾਲ ਕੀਤੀ ਕਿ ਇਹ ਗਲਤ ਕਰ ਰਹੇ ਨੇ, ਇੰਨਾ ਝੂਠਾ ਨਾਮ ਲਾ ਰਹੇ ਮੇਰੇ ਭਰਾਵਾਂ ਦੇ, ਜਦਕਿ ਅਸੀਂ ਉੱਤੇ ਤੱਕ ਬਿਲਕੁਲ ਲੜਨ ਦੇ ਮਾਮਲੇ 'ਚ ਤਾਂ ਗਏ ਹੀ ਨਹੀਂ ਸੀਗੇ। ਜਿਸ ਤਰੀਕੇ ਨਾਲ ਉਹਨਾਂ ਨੇ ਇੰਨਾ ਗਲਤ ਗਲਤ ਇਲਜ਼ਾਮ ਲਾਇਆ, ਬਹੁਤ ਰਾਡਾ ਨਾਲ ਮਾਰੇ, ਇਵੇਂ ਕਰਕੇ ਬਹੁਤ ਗਲਤ ਇਲਜ਼ਾਮ ਲਾਏ ਹੈ ਉਹਨਾਂ ਵੱਲੋਂ। ਵੈਸੇ ਵੀ ਤੁਹਾਨੂੰ ਪਤਾ ਹੋਏਗਾ ਕਿ ਉਹਨਾਂ ਵੱਲੋਂ ਇੱਕ ਧਰਨਾ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਲੈ ਕੇ ਗਏ ਅਤੇ ਕੁਝ ਜਥੇਬੰਦੀਆਂ ਦੇ ਨਾਲ ਲੱਗ ਕੇ ਧਰਨਾ ਪ੍ਰਦਰਸ਼ਨ ਕਰ ਰਹੇ। ਉਹਨਾਂ ਦਾ ਇਹ ਵੀ ਇਲਜ਼ਾਮ ਹੈ ਕਿ ਉਹਨਾਂ ਦੇ ਨਾਲ ਜਿਹੜੀ ਲੜਕੀ ਸੀ ਉਸਦੇ ਕੱਪੜੇ ਵਗੈਰਾ ਫਾੜੇ ਗਏ ਹੈ। ਕੋਈ ਕੱਪੜੇ ਨਹੀਂ ਫਾੜੇ ਗਏ, ਕਿੱਥੇ ਸਬੂਤ ਹੈ ਜੀ? ਕੋਈ ਕੱਪੜੇ ਨਹੀਂ ਫਾੜੇ, ਮੈਂ ਮੇਰੇ ਨਾਲ ਹੱਥ ਪਾਈ ਹੋਈ ਹੈ, ਮੇਰਾ ਭਰਾ ਕੋਈ ਵੀ ਨਹੀਂ ਅੱਗੇ ਆਇਆ।